ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਟਾਈਮ ਫਿਊਰੀ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦਾ ਬੈਸਟ ਮਟਰ ਹਾਂਡੀ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ। ਦੇਖੋ ਜੀ ਹੁਣ ਆਪਾਂ ਇਹਦੀ ਮੇਕਿੰਗ ਸ਼ੁਰੂ ਕਰ ਰਹੇ ਹਾਂ। ਦੇਖੋ ਆਪਾਂ ਸਲਾਈਸ ਕੱਟੇ ਹੋਏ ਪਿਆਜ਼, ਆਹ ਦੇਖੋ, ਉਸ ਤੋਂ ਬਾਅਦ ਸਾਡਾ ਮਟਨ ਜਾਏਗਾ ਜਿਹਦੇ ਸਿਲੈਕਟ ਪੀਸ ਹੋਣਗੇ ਜਿਸ ਤਰ੍ਹਾਂ ਚਾਂਪ, ਆ ਪੁੱਠ, ਆ ਨੱਲੀ, ਆ ਮੱਛਲੀ, ਮਤਲਬ ਇਹ ਸਾਡੇ ਸਿਲੈਕਟਡ ਪੀਸ ਹੈਗੇ ਨੇ, ਸਿਲੈਕਟਡ ਪੀਸ ਜਾਣਗੇ ਸਾਡੇ ਮਟਨ ਦੇ ਵਿੱਚ। ਦੇਖੋ ਜੀ ਹੁਣ ਅੱਜ ਸਾਡੇ ਸਾਰੇ ਖੜੇ ਮਸਾਲੇ ਪੈਣਗੇ, ਜਿਹਦੇ ਵਿੱਚ ਸਾਡੀ ਛੋਟੀ ਇਲਾਚੀ, ਹਰੀ ਇਲਾਚੀ ਜਿਹਨੂੰ ਕਹਿੰਦੇ ਅਸੀਂ, ਵੱਡੀ ਇਲਾਚੀ, ਦਾਲਚੀਨੀ, ਲੌਂਗ, ਇਲਾਚੀਆਂ, ਜੈਵਿਤਰੀ, ਇਹ ਸਾਡਾ ਸਾਰਾ ਸਮਾਨ ਹੁਣ ਸਾਡੇ ਮਟਨ ਵਿੱਚ ਜਾਏਗਾ। ਇਸ ਤੋਂ ਬਾਅਦ ਦੇਖੋ ਸਾਡਾ ਜਿਹੜਾ ਆਪਣਾ ਹੀ ਮਸਾਲਾ ਤਿਆਰ ਕੀਤਾ ਵਾ, ਜਿਹਦੇ 'ਚ ਸੌਂਫ, ਕਾਜੂ ਤੇ ਗਿਰੀਆਂ ਦਾ ਮਸਾਲਾ ਵਾ, ਮਤਲਬ ਸੌਂਫ ਦਾ ਮਸਾਲਾ ਨਹੀਂ ਹਰ ਕੋਈ ਤਿਆਰ ਕਰਦਾ, ਇਹ ਅਸੀਂ ਆਪ ਤਿਆਰ ਕਰਾਉਂਦੇ ਹਾਂ। ਔਰ ਇਹਦੇ ਵਿੱਚ ਥੋੜ੍ਹੀ ਜਿਹੀ ਸਾਡੀ ਕਾਲੀ ਮਿਰਚ ਪਏਗੀ, ਆ ਦੇਖੋ ਟੈਕਸਚਰ ਵਾਸਤੇ ਕਾਲੀ ਮਿਰਚ ਪਏਗੀ। ਇਸ ਤੋਂ ਬਾਅਦ ਸਾਡਾ ਵਿੱਚ ਨਾਲ ਖੜਾ ਲਸਣ, ਆ ਪੂਰੀ ਪੂਰੀ ਗੰਢੀਆਂ ਔਰ ਹਰੀਆਂ ਮਿਰਚਾਂ ਜਾਣਗੀਆਂ, ਆ ਦੇਖੋ ਇਸ ਤਰ੍ਹਾਂ। ਔਰ ਇਹਦੇ ਵਿੱਚ ਸਾਡਾ ਇਹ ਮਤਲਬ ਕਾੜਾ ਹੋਇਆ ਸਰੋਂ ਦਾ ਤੇਲ, ਇਹ ਹੀ ਆਪ ਕੋਲੂ ਤੋਂ ਕਢਾਉਂਦੇ ਹਾਂ ਜੀ, ਤੇਲ ਸਾਡਾ ਫਰੈਸ਼ ਵਧੀਆ, ਦੇਖੋ। ਬਾਕੀ ਦੇਖੋ ਸਾਡੇ ਸੁੱਕੇ ਮਸਾਲੇ ਜਾਣਗੇ ਜਿਸ ਤਰ੍ਹਾਂ ਹਲਦੀ, ਧਨੀਆ ਪੀਸਿਆ ਹੋਇਆ, ਕਿਚਨ ਕਿੰਗ, ਗਰਮ ਮਸਾਲਾ ਔਰ ਦੇਗੀ ਮਿਰਚ। ਔਰ ਇਹਦੇ ਵਿੱਚ ਸਾਡਾ ਜਾਏਗਾ ਅਸੀਂ ਦੂਸਰਾ ਨਮਕ ਨਹੀਂ ਵਰਤਦੇ, ਇਹ 'ਚ ਹੀ ਰੌਕ ਸਾਲਟ ਵਰਤਦੇ ਹਾਂ, ਆ ਦੇਖੋ। ਇਹਨੂੰ ਬਾਅਦ ਰੈਡੀ ਕਰਾਂਗੇ ਔਰ ਮਿਕਸ ਕਰਾਂਗੇ, ਆ ਦੇਖੋ ਹੌਲੀ ਹੌਲੀ ਮਿਕਸ ਕਰਾਂਗੇ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਇਹਨੂੰ ਹੌਲੀ ਹੌਲੀ ਮਿਕਸ ਕਰੀ ਜਾਵਾਂਗੇ ਆਪਾਂ ਇਹਨੂੰ। ਕਿੰਨੇ ਕਿਲੋ ਮਟੀਰੀਅਲ ਹੋਏਗਾ ਵੀਰ ਜੀ? ਇਹ ਤਕਰੀਬਨ ਸਾਡਾ ਮਤਲਬ ਇਹ 'ਚ 5 ਕਿਲੋ ਮਟੀਰੀਅਲ ਹੈਗਾ ਯਾਰ ਜੀ ਸਾਰਾ। ਹਾਂਜੀ, ਅਤੇ ਇਹਦੇ ਨਾਲ ਕਿੰਨੀਆਂ ਕੁ ਹਾਂਡੀਆਂ ਬਣ ਜਾਂਦੀਆਂ ਨੇ? ਇਹਦਾ ਤਕਰੀਬਨ ਸਾਡੀਆਂ ਜੀ 10 ਹਾਂਡੀਆਂ ਤਿਆਰ ਹੋਣਗੀਆਂ। ਆਹ ਦੇਖੋ ਜੀ, ਪਹਿਲੇ ਹਾਂਡੀਆਂ ਜਿਸ ਤਰ੍ਹਾਂ ਆਪਾਂ ਤਿਆਰ ਕੀਤੀਆਂ ਰੱਖੀਆਂ ਵਾ ਆਪਣੇ ਚੈਂਬਰ 'ਤੇ, ਆਹ ਦੇਖੋ। ਇਸ ਤੋਂ ਬਾਅਦ ਇਹਨਾਂ ਵਿੱਚ ਜਾਏਗਾ ਜੀ, ਆਹ ਦੇਖੋ ਦੇਸੀ ਘਿਓ, ਇਹੀ ਤਾਂ ਭਰ ਭਰ ਕੇ ਜਾਣਾ, ਆਹ ਦੇਖੋ ਜਿਹੜਾ ਦੇਸੀ ਘਿਓ, ਇਹੀ ਤਾਂ ਭਰ ਭਰ ਕੇ ਜਾਏਗਾ ਜਿਹੜਾ ਟੇਸਟ ਆਏਗਾ ਪੂਰਾ, ਆਹ ਦੇਖੋ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਆਪਣਾ ਜਿਹੜਾ ਮਟਨ ਤਿਆਰ ਕੀਤਾ ਨਾ, ਉਹ ਹੀ ਪਾਵਾਂਗੇ, ਆਹ ਦੇਖੋ। ਔਰ ਇਹਦੇ ਵਿੱਚ ਖਾਸੀਅਤ ਹੈ ਜੀ, ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ, ਇਹਦਾ ਮੋਇਸਚਰ ਜਿੰਨਾ ਵੀ ਹੈ ਨਾ, ਪਿਆਜ਼ਾਂ ਨੇ ਹੀ ਇਹਦਾ ਗ੍ਰੇਵੀ ਤਿਆਰ ਕਰਨੀ ਹੈ। ਹਾਂ ਦੇਖੋ, ਇਸ ਤਰ੍ਹਾਂ ਕਰਕੇ ਆਪਾਂ ਇਹਨੂੰ 2 ਹਾਂਡੀਆਂ ਤਿਆਰ ਕਰਦੇ ਹਾਂ ਆਪਣੀਆਂ। ਇਸ ਤਰ੍ਹਾਂ ਕਰਕੇ ਇਹਨੂੰ ਇਹਦੇ ਨਾਲ ਬੰਦ ਕਰਕੇ, ਇਸ ਤਰ੍ਹਾਂ ਬੰਦ ਕਰਾਂਗੇ ਇਹਨਾਂ ਨੂੰ ਹਾਂਡੀਆਂ ਨੂੰ, ਆਟੇ ਨਾਲ ਸੀਲ ਕਰਾਂਗੇ ਸਾਈਡ ਤੋਂ, ਤਾਂ ਕਿ ਜਿਹੜੇ ਦੀ ਭਾਫ ਆ ਔਰ ਉਹਦਾ ਜਿਹੜਾ ਸਾਰੇ ਬਾਹਰ ਨਾ ਜੋ ਭਾਫ ਵਿੱਚ ਰਹੇ, ਭਾਫ ਦੇ ਵਿੱਚ ਰਹਿਣ ਨਾ ਹੀ ਗਲੇਗਾ ਇਹ। ਦੂਸਰੀ ਹਾਂਡੀ ਦਾ ਆਪਾਂ ਇਸ ਤਰ੍ਹਾਂ ਆਪਣੀ ਰੈਡੀ ਕਰ ਲਾਂਗੇ, ਤੁਹਾਨੂੰ ਸੀਲ ਬੰਦ ਕਰਾਂਗੇ ਆਟੇ ਦੇ ਨਾਲ, ਆਹ ਦੇਖੋ ਇੱਦਾਂ ਬਿਲਕੁਲ ਇਸ ਤਰ੍ਹਾਂ। ਇਹਦੇ ਨਾਲ ਕੀ ਹੋਏਗੀ, ਸਾਡੀ ਜਿਹੜੀ ਭਾਫ ਹੋਏਗੀ ਇਹਦੇ ਵਿੱਚ ਹੀ ਰਹੇਗੀ, ਔਰ ਇਹ ਕਮਾਲ ਹੀ ਦਾ ਇਸੇ ਚੀਜ਼ ਦਾ ਹੈਗਾ ਕਿ ਪੱਕਦਾ ਵੀ ਇਸੇ ਭਾਫ ਦੇ ਵਿੱਚ ਹੀ ਹੈ। ਦੇਖੋ ਸਾਡੇ 2.5 ਤੋਂ 3 ਘੰਟੇ ਹੋ ਗਏ ਸਾਡੀ ਹਾਂਡੀ ਨੂੰ, ਹੁਣ ਸਾਡੀ ਹਾਂਡੀ ਰੈਡੀ ਹੈ, ਹੁਣ ਤੁਹਾਨੂੰ ਇਹ ਖੋਲ੍ਹ ਕੇ ਇਹਦਾ ਟੈਕਸਚਰ ਦਿਖਾਵਾਂਗੇ ਕਿਸ ਤਰ੍ਹਾਂ ਦੀ ਕੀ ਹੈ। ਪੂਰਾ ਪੂਰੀ ਹੀਟ ਹੈਗੀ ਇਹਦੇ ਵਿੱਚ, ਪੂਰੀ ਸਾਡੀ ਹੀਟ ਹੈਗੀ ਆ, ਆਹ ਦੇਖੋ ਸਾਡੀ ਹਾਂਡੀ ਪੂਰੀ ਪੱਕ ਚੁੱਕੀ ਹੈ, ਆਹ ਦੇਖੋ ਸਾਡੀ ਹਾਂਡੀ, ਜਿੰਨੀ ਵੀ ਗ੍ਰੇਵੀ ਸਾਰੀ ਦੀ ਆਪਣੇ ਪਿਆਜ਼ਾਂ ਦੀ ਤਿਆਰ ਕੀਤੀ ਹੋਈ ਗ੍ਰੇਵੀ ਹੈ, ਇਹਦੇ 'ਚ ਕੋਈ ਪਾਣੀ ਦਾ ਇਸਤੇਮਾਲ ਨਹੀਂ, ਕੋਈ ਕੁਛ ਨਹੀਂ ਹੈ। ਆਹ ਦੇਖੋ ਜੀ ਹੁਣ ਇਹਦੇ 'ਚ ਦੇਸੀ ਘਿਓ ਜਾਏਗਾ, ਆਹ ਦੇਖੋ। ਅੱਛਾ, ਐਂਡ 'ਤੇ ਵੀ ਜਾਂਦਾ? ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹਨਾਂ ਦਾ ਟੇਸਟ ਹੋਰ ਅੱਛਾ ਆਊਗਾ, ਇਹਦਾ ਟੇਸਟ ਪੂਰਾ ਬਣ ਕੇ ਆਏਗਾ ਪੂਰਾ, ਜਿਸ ਤਰ੍ਹਾਂ ਦੇਖਿਆ ਨਾ ਪੰਜਾਬ 'ਚ ਘਿਓ ਦਾ ਤੜਕਾ, ਹਰ ਚੀਜ਼ ਘਿਓ ਘਿਓ, ਆਹ ਦੇਖੋ, ਆਹ ਦੇਖੋ ਪੀਸ ਸਾਡੇ, ਆਹ ਦੇਖੋ ਪੀਸ, ਆਹ ਪੂਰੇ ਗਲ ਚੁੱਕੇ ਸਾਡੇ ਪੀਸ, ਆਹ ਦੇਖੋ ਪੂਰੇ ਸਾਡੇ ਪੀਸ ਗਲ ਚੁੱਕੇ ਨੇ, ਆਹ ਦੇਖੋ ਪੀਸ ਸਾਡੇ। ਤੇ ਭਾਅ ਜੀ ਇਹਦਾ ਪ੍ਰਾਈਸ ਕਿੰਨਾ ਹੈ? ਇਹਦਾ ਪ੍ਰਾਈਸ ਹੈ ਜੀ 650 ਪੀਸ। ਪੀਸ ਵਿੱਚ 7 ਤੋਂ 8 ਪੀਸ ਹੁੰਦੇ ਨੇ, ਤੇ ਨਾਲ ਆਪਾਂ ਕੋਈ ਵੀ ਬ੍ਰੈਡ ਲੈ ਸਕਦੇ ਹਾਂ, ਕੋਈ ਵੀ ਤੁਸੀਂ ਚਪਾਤੀ ਲੈ ਸਕਦੇ ਜੇ, ਬਟਰ ਨਾਨ ਲੈ ਸਕਦੇ ਜੇ, ਕੁਛ ਵੀ। ਹਾਂਜੀ, ਜੇ ਟਰਾਈ ਕਰਨਾ ਹੋਵੇ ਅੰਮ੍ਰਿਤਸਰ ਦੇ ਵਿੱਚ ਜੇ ਕੋਈ ਆਏ ਤੇ ਉਹਨੂੰ ਕਿੱਥੇ ਆਣਾ, ਐਡਰੈਸ ਦੱਸ ਦਿਓ। ਇਹ ਸਾਡਾ ਰੈਸਟੋਰੈਂਟ ਹੈਗਾ ਜੀ ਟਾਈਮ ਤੰਦੂਰੀ ਦੇ ਨਾਂ ਤੇ, ਮੈਡੀਕਲ ਕਲੇਵ, ਇਹ ਜਿਹੜਾ ਸਾਡਾ ਜਾਂਦਾ ਕਬੀਰ, ਭਗਤ ਕਬੀਰ ਮਾਰਕੀਟ, ਹਾਂਜੀ ਉਹਦੇ ਉੱਤੇ MK ਮਾਰਕੀਟ ਹੈ, ਉਹਦੇ ਬਿਲਕੁਲ ਸਾਹਮਣੇ ਸਾਡਾ ਰੈਸਟੋਰੈਂਟ ਹੈ, ਤੁਸੀਂ ਉੱਥੇ ਆ ਕੇ ਟਰਾਈ ਕਰ ਸਕਦੇ ਜੀ। ਮੈਪਸ ਤੇ ਅਵੇਲੇਬਲ ਆ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਟਾਈਮਿੰਗ? ਟਾਈਮਿੰਗ ਸਾਡੀ ਹੈਗੀ ਹੈ ਜੀ 2 ਵਜੇ ਤੋਂ ਸ਼ੁਰੂ ਹੋ ਜਾਂਦਾ ਆ, ਰਾਤ ਨੂੰ 11 ਵਜੇ ਤੱਕ, ਲਾਸਟ ਆਰਡਰ ਆਪਾਂ 10:30 ਵਜੇ ਤੱਕ ਲੈਂਦੇ ਹਾਂ।